ਅਕਾਲੀ ਦਲ ਦੇ ਵਿੱਚੋਂ ਆਜ਼ਾਦ ਗਰੁੱਪ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ? ਟਿਕਟਾਂ ਨੂੰ ਲੈ ਕੇ ਕੁਝ ਮਤਭੇਦ ਮੇਰੇ ਅਕਾਲੀ ਦਲ ਦੇ ਸਾਡੇ ਲੀਡਰਾਂ ਨਾਲ ਹੋ ਗਏ ਸੀਗੇ ਜੀ, ਜਿਸ ਕਾਰਨ ਮੈਂ ਉਸ ਟਾਈਮ ਫਿਰ ਵੱਖ ਹੋ ਕੇ ਚੋਣ ਲੜਨ ਦੀ ਬਿਹਤਰ ਸਮਝੀ ਸੀ। ਉਸ ਤੋਂ ਬਾਅਦ ਤੁਸੀਂ ਆਜ਼ਾਦ ਗਰੁੱਪ ਨੂੰ ਛੱਡ ਕੇ ਦੁਬਾਰਾ ਫਿਰ ਤੋਂ ਅਕਾਲੀ ਦਲ ਦਾ ਪੱਲਾ ਫੜਿਆ, ਤੇ ਇਹਦੇ ਪਿੱਛੇ ਕੀ ਕਾਰਨ ਬਣ ਗਿਆ? ਅਕਾਲੀ ਦਲ ਨੂੰ ਲੋਕਾਂ ਨੇ ਕਿਉਂ ਪਰੇ ਕਰਤਾ ਜੀ? ਦੇਖੋ, ਉਸ ਟਾਈਮ ਨੀਰਾ ਹੀ ਝੂਠ ਬੋਲਿਆ ਗਿਆ। ਆ ਹੁਣ 2 ਮਹੀਨੇ ਪਹਿਲਾਂ ਇੱਕ ਨਵਾਂ ਮੁੱਖ ਮੰਤਰੀ ਬਣਾ ਕੇ ਨਵੀਆਂ ਗੱਲਾਂ ਕਰ ਰਹੀਆਂ, ਪਰ ਤੁਸੀਂ ਜਿਹੜੇ ਪਿਛਲੇ 4.5 ਸਾਲ ਉਸ ਟਾਈਮ ਮਿਲ ਕੇ ਹੀ ਕੱਢੇ ਆ, ਇਹ ਵੀ ਮੰਤਰੀ ਸੀਗੇ ਉਸ ਸਮੇਂ? ਬਿਲਕੁਲ ਜੀ। ਉਸ ਸਮੇਂ ਕੀ ਇਹਨਾਂ ਨੇ ਮੱਲਾਂ ਮਾਰਨੀਆਂ? ਕਾਂਗਰਸ ਤੇ ਆਮ ਆਦਮੀ ਪਾਰਟੀ, ਤੇ ਇਹਦੇ 'ਚ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਤੁਹਾਨੂੰ ਪੂਰੀ ਗੱਡ ਕੇ ਟੱਕਰ ਦੇ ਸਕਦੀ ਹੈ? ਜਿਹੜਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੈ ਜੀ, ਉਹਦੀ ਹੀ ਟੱਕਰ ਹੋਏਗੀ। ਅੱਜ ਸਾਡੇ ਨਾਲ ਮੌਜੂਦ ਨੇ ਖਾਸ ਸ਼ਖਸੀਅਤ ਪਰਮਿੰਦਰ ਸਿੰਘ ਸੁਹਾਣਾ, ਜੋ ਕਿ ਪੰਜਾਬ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਨੇ। ਇਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਤੇ ਜਾਣਨਾ ਚਾਹਾਂਗੇ ਇਹਨਾਂ ਦੇ ਵਿਚਾਰ। ਸੁਹਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਦਾ ਸਟੋਰੀ ਟੀਵੀ ਤੇ। ਧੰਨਵਾਦ ਜੀ ਤੁਹਾਡਾ। ਤੇ ਆਪਣਾ ਤੁਸੀਂ ਸਭ ਤੋਂ ਪਹਿਲਾਂ, ਇਸ ਤੋਂ ਪਹਿਲਾਂ ਤੁਸੀਂ ਆਜ਼ਾਦ ਗਰੁੱਪ ਦੇ ਵਿੱਚ ਵੀ ਰਹੇ ਹੋ, ਉਸ ਤੋਂ ਪਹਿਲਾਂ ਤੁਸੀਂ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਸੀ, ਅਕਾਲੀ ਦਲ ਦੇ ਵਿੱਚੋਂ ਆਜ਼ਾਦ ਗਰੁੱਪ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ? ਦੇਖੋ, ਇਸ ਸਾਲ ਜਿਹੜੀਆਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਹੋਈਆਂ ਜੀ, ਉਸ ਦੇ ਦੌਰਾਨ ਟਿਕਟਾਂ ਨੂੰ ਲੈ ਕੇ ਕੁਝ ਮਤਭੇਦ ਮੇਰੇ ਅਕਾਲੀ ਦਲ ਦੇ ਸਾਡੇ ਲੀਡਰਾਂ ਨਾਲ ਹੋ ਗਏ ਸੀਗੇ ਜੀ, ਜਿਸ ਕਾਰਨ ਮੈਂ ਉਸ ਟਾਈਮ ਫਿਰ ਵੱਖ ਹੋ ਕੇ ਚੋਣ ਲੜਨ ਦੀ ਬਿਹਤਰ ਸਮਝੀ ਸੀ ਜੀ, ਤੇ ਇਹ ਸੀਗਾ। ਬਾਕੀ ਪਾਰਟੀ ਨਾਲ ਮੇਰਾ ਕੋਈ ਨਾਰਾਜ਼ਗੀ ਨਹੀਂ ਸੀਗੀ, ਸਿਰਫ ਇੱਕ ਵਿਅਕਤੀ ਵਿਸ਼ੇਸ਼ ਨਾਲ ਸੀਗੀ, ਉਹਦੇ ਕਾਰਨ ਮੈਨੂੰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜਨੀਆਂ ਪੈਣੀਆਂ ਜੀ। ਜਿਨ੍ਹਾਂ ਦੇ ਨਾਲ ਇਹ ਤੁਹਾਡਾ ਰੌਲਾ ਗੋਲਾ ਚੱਲਦਾ ਸੀ, ਉਹਨਾਂ ਦਾ ਨਾਮ ਤੁਸੀਂ ਮੈਂਸ਼ਨ ਕਰ ਸਕਦੇ ਹੋ ਓਪਨਲੀ? ਨਹੀਂ, ਚਲੋ, ਬਹੁਤ ਕੁਛ ਹੁੰਦਾ ਪਾਰਟੀ 'ਚ, ਉਹਨਾਂ ਨੂੰ ਵੀ ਪਤਾ, ਵੀ ਬਾਕੀ ਸਾਰੇ ਸ਼ਹਿਰ ਨੂੰ ਪਤਾ ਜੀ, ਹਲਕੇ ਨੂੰ ਪਤਾ, ਅਤੇ ਜਿਨ੍ਹਾਂ ਦੇ ਨਾਲ ਰਹੇ ਉਹਨਾਂ ਨੇ ਬੜੀ, ਉਸ ਟਾਈਮ ਏਦਾਂ ਹੋਣਾ ਨਹੀਂ ਚਾਹੀਦਾ ਸੀਗਾ, ਮਤਭਾਗਾ ਹੋਇਆ ਜੋ ਵੀ ਹੋਇਆ। ਬਿਲਕੁਲ। ਤੇ ਉਸ ਤੋਂ ਬਾਅਦ ਤੁਸੀਂ ਆਜ਼ਾਦ ਗਰੁੱਪ ਨੂੰ ਛੱਡ ਕੇ ਦੁਬਾਰਾ ਫਿਰ ਤੋਂ ਅਕਾਲੀ ਦਲ ਦਾ ਪੱਲਾ ਫੜਿਆ, ਤੇ ਇਹਦੇ ਪਿੱਛੇ ਕੀ ਕਾਰਨ ਬਣ ਗਿਆ ਸਰ? ਦੇਖੋ, ਇੱਕ ਮਾਂ ਪਾਰਟੀ ਹੁੰਦੀ ਹੈ ਜੀ, ਹਰੇਕ ਬੰਦੇ ਦਾ ਇੱਕ ਸ਼ੁਰੂ ਤੋਂ ਇੱਕ ਮਨ ਹੁੰਦਾ। ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਬਹੁਤ ਅਜਿਹੀ ਪਾਰਟੀ ਹੈ ਜੀ, ਜਿਹੜੀ ਮੈਂ ਕਹਿੰਦਾ ਵੀ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਲਈ ਜੀ, ਖੇਤਰੀ ਪਾਰਟੀ ਦੇ ਰੂਪ 'ਚ ਅਗਰ ਪੰਜਾਬ ਦੇ ਵਿੱਚ ਕੋਈ ਵਿਕਾਸ ਦੀ, ਪਿਛਲੇ ਸਮੇਂ ਵਿਕਾਸ ਹੋਇਆ, ਇੰਟਰਨੈਸ਼ਨਲ ਏਅਰਪੋਰਟ ਤੋਂ ਲੈ ਕੇ ਰੋਡ ਕਨੈਕਟੀਵਿਟੀ ਜਿੰਨੀ ਆਪਣੀ, ਤੁਸੀਂ ਇਹ ਲਾਓ ਵੀ ਪੰਜਾਬ ਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ, ਜਿੰਨੇ ਵੀ ਹਾਈਵੇ ਬਣੇ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣੇ, ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇੱਕ ਵਿਜ਼ਨ ਸੀਗਾ ਵੀ ਪੰਜਾਬ ਨੂੰ ਮੈਂ ਇੱਕ ਭਾਰਤ ਦੇ ਨਕਸ਼ੇ ਤੇ ਲੈ ਕੇ ਆਉਣਾ, ਵੀ ਇੰਨਾ ਵਧੀਆ ਪੰਜਾਬ ਸਾਡਾ ਹੋਏ। ਉਹ ਤੁਸੀਂ ਉਹਦੇ ਰਾਹੀਂ ਉਹਨਾਂ ਨੇ ਉਸ ਟਾਈਮ ਬੜੀਆਂ ਜਿਹੜੀਆਂ ਰੋਡ ਸੀਗੀਆਂ, ਲਿੰਕ ਰੋਡ ਲਾ ਲਓ, ਹਾਈਵੇ ਲਾ ਲਓ, ਉਹ ਸਾਰਿਆਂ ਦਾ ਕੰਮ ਉਸ ਸਮੇਂ ਦੌਰਾਨ ਹੋਇਆ। ਤੇ ਸਭ ਤੋਂ ਵੱਡੀ ਗੱਲ, ਜੇਕਰ ਗੱਲ ਕਰਾਂ ਮੈਂ ਹਰਿਮੰਦਰ ਸਾਹਿਬ ਦੇ, ਜਿੰਨਾ ਗਲਿਆਰਾ ਸੀਗਾ ਉਹਦੀ ਖੂਬਸੂਰਤੀ ਲਈ ਜੀ, ਠੀਕ ਹੈ ਨਾ, ਜਿਹਨੂੰ ਅਸੀਂ, ਇਹ ਹੈ ਵੀ ਹਰੇਕ ਇਨਸਾਨ ਦਾ ਉੱਥੇ ਸਿਰ ਝੁਕਦਾ, ਭਾਵੇਂ ਉਹ ਹਿੰਦੂ, ਮੁਸਲਿਮ, ਸਿੱਖ, ਈਸਾਈ, ਬਿਲਕੁਲ ਜੀ, ਉਹ ਯਾਦਗਾਰਾਂ, ਘੱਲੂਘਰੇ ਦੀਆਂ ਯਾਦਗਾਰਾਂ ਜੀ, ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਤੇ ਅਨੰਦਪੁਰ ਸਾਹਿਬ ਦੇ ਵਿੱਚ ਸਾਡਾ ਵਿਰਾਸਤ ਏ ਖਾਲਸਾ। ਸੋ ਕਹਿਣ ਤੋਂ ਭਾਵ ਇਹ ਸਮੁੱਚੀ ਡਿਵੈਲਪਮੈਂਟ ਨੂੰ ਮੈਂ ਸੋਚ ਮੇਰੀ ਸੀਗੀ, ਕਿਉਂਕਿ ਕੰਮ ਕੀਤਾ ਸੀਗਾ, ਬਹੁਤ ਕੰਮ ਸਮੇਂ ਦੌਰਾਨ ਉਹਨਾਂ ਨੇ ਕੀਤਾ, ਤੇ ਸਾਡੇ ਹਲਕਾ ਮੋਹਾਲੀ ਦੇ ਵਿੱਚ ਵੀ ਬਹੁਤ ਕੰਮ ਹੋਏ, ਜਿਸ ਤਰ੍ਹਾਂ ਏਅਰਪੋਰਟ ਲਾ ਲਓ ਤੁਸੀਂ, ਮੋਹਾਲੀ ਵਿੱਚ ਆਇਆ, ਇਹ ਸਰਕਾਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵਿਜ਼ਨ ਸੀਗਾ, ਜਿੰਨੀਆਂ ਵੀ ਆਈਸਰ ਵਰਗੀਆਂ ਕੰਪਨੀਆਂ, ਅਮੈਟੀ ਯੂਨੀਵਰਸਿਟੀ, ਹੋਰ ਬਹੁਤ ਸਾਰੀਆਂ ਵੀ, ਜੇ ਮੈਂ ਗਣਾਉਣ ਲੱਗ ਜਾਂ ਤਾਂ ਬਹੁਤ ਟਾਈਮ ਲੱਗ ਜਾਣਾ, ਬਹੁਤ ਕੁਛ ਸਾਡੇ ਸ਼ਹਿਰ ਨੂੰ, ਸਾਡੇ ਹਲਕੇ ਨੂੰ, ਜਦੋਂ ਪੰਜਾਬ ਨੂੰ ਵੀ ਮਿਲਿਆ ਤਾਂ ਮੋਹਾਲੀ ਹਲਕੇ ਨੂੰ ਵੀ ਬਹੁਤ ਕੁਛ ਮਿਲਿਆ ਉਸ ਸਮੇਂ ਤੋਂ। ਬਿਲਕੁਲ। ਤੇ ਜਦੋਂ ਆਪਾਂ ਜਿੱਥੇ ਗੱਲ ਕਰੀਏ, ਇੱਕ ਵੱਖਰਾ ਸਵਾਲ ਹੈ ਕਿ ਜਦੋਂ ਪੰਜਾਬ ਦੇ ਵਿੱਚ, ਦੇਖੋ ਪੰਜਾਬ ਦੀ ਜਨਤਾ ਨੂੰ ਚਾਹੀਦਾ ਕਿ ਸਾਡੇ ਸੂਬੇ ਦੀ, ਸਾਡੇ ਸੂਬੇ ਦੇ ਲੋਕਾਂ ਦੀ, ਮੰਨ ਲਓ ਵੀ ਉਹਨਾਂ ਨੂੰ ਉਭਾਰਨ ਦੀ ਖਾਤਰ ਜਿਹੜੀ ਪਾਰਟੀ ਕੰਮ ਕਰਦੀ ਹੈ, ਅਸੀਂ ਤਾਂ ਉਹਦੇ ਨਾਲ ਹਾਂ, ਤੇ ਫਿਰ ਅਕਾਲੀ ਦਲ ਨੂੰ ਲੋਕਾਂ ਨੇ ਕਿਉਂ ਪਰੇ ਕਰਤਾ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ, ਕਿਉਂਕਿ ਕੰਮ ਤੁਸੀਂ ਗਿਣਾ ਚੁੱਕੇ ਹੋ ਵੀ ਇੰਨੇ ਕੰਮ ਕੀਤੇ। ਉਸ ਟਾਈਮ ਨੀਰਾ ਹੀ ਝੂਠ ਬੋਲਿਆ ਗਿਆ ਜੀ, ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ਾ ਖਤਮ ਕਰਨ ਦਾ ਵਾਅਦਾ ਕਰਿਆ ਗਿਆ, ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ, ਤੇ ਦੂਜੇ ਸਾਡੇ ਆਪ ਵਾਲੇ ਦਿੱਲੀ ਤੋਂ ਆ ਕੇ ਬੜੇ ਦਮ ਗਜੇ ਮਾਰਦੇ ਰਹੇ ਜੀ, ਹਰੇਕ ਉਹਨਾਂ ਨੇ ਜਿਹੜਾ ਭੰਡੀ ਪ੍ਰਚਾਰ ਸੀਗਾ, ਕੂੜ ਪ੍ਰਚਾਰ ਸੀਗਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਸ ਸਮੇਂ
ਕੀਤਾ ਗਿਆ ਜੀ। ਉਹ ਉਹ ਜਿਹੜਾ ਝੂਠੇ ਲਾਰਿਆਂ ਦੇ ਵਿੱਚ ਸਾਡੇ ਪੰਜਾਬ ਦਾ ਆਵਾਮ ਆ ਗਿਆ ਜੀ। ਹੁਣ ਬੜਾ ਉਸ ਗੱਲ ਨੂੰ ਪਛਤਾ ਵੀ ਰਿਹਾ ਕਿਉਂਕਿ 5 ਸਾਲ ਦੇ ਕਰੀਬ ਸਰਕਾਰ ਨੂੰ ਹੋ ਗਏ, ਆ ਹੁਣ 2 ਮਹੀਨੇ ਪਹਿਲਾਂ ਇੱਕ ਨਵਾਂ ਮੁੱਖ ਮੰਤਰੀ ਬਣਾ ਕੇ ਨਵੀਆਂ ਗੱਲਾਂ ਕਰ ਰਹੀਆਂ ਜੀ। ਪਰ ਤੁਸੀਂ ਜਿਹੜੇ ਪਿਛਲੇ 4.5 ਸਾਲ ਉਸ ਟਾਈਮ ਮਿਲ ਕੇ ਹੀ ਕੱਢੇ, ਇਹ ਵੀ ਮੰਤਰੀ ਸੀਗੇ ਉਸ ਸਮੇਂ। ਬਿਲਕੁਲ ਜੀ, ਉਸ ਸਮੇਂ ਕੀ ਇਹਨਾਂ ਨੇ ਮੱਲਾਂ ਮਾਰਨੀਆਂ? ਸੋ ਇਹ ਪੰਜਾਬ ਦੇ ਲੋਕ 2022 'ਚ ਪੁੱਛਣਗੇ ਸਵਾਲ, ਇਹ ਸਰਕਾਰ ਨੂੰ ਵੀ ਪੁੱਛਣਗੇ ਤੇ ਉਹ ਦਿੱਲੀ ਵਾਲੇ ਮੇਰੇ ਵੀਰਾਂ ਨੂੰ ਵੀ ਪੁੱਛਣਗੇ ਵੀ ਤੁਹਾਡੀ ਪੰਜਾਬ ਦੇ ਲਈ ਕੀ ਕੁਰਬਾਨੀ ਹੈ। ਬਿਲਕੁਲ ਜੀ, ਤੇ ਇਸ ਤੋਂ ਇਲਾਵਾ ਹੁਣ ਤੁਸੀਂ ਮੰਨ ਲਓ ਪੰਜਾਬ ਦੇ ਵਿੱਚ 3 ਪਾਰਟੀਆਂ ਨੇ ਜਿਹੜੀਆਂ ਹੁਣ ਪੂਰੀਆਂ ਸਰਗਰਮ ਨੇ, ਆਪਾਂ ਮੁੱਖ ਪਾਰਟੀ ਕਹਿ ਦਿੰਦੇ ਹਾਂ, ਕਾਂਗਰਸ ਤੇ ਆਮ ਆਦਮੀ ਪਾਰਟੀ, ਤੇ ਇਹਦੇ 'ਚ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਤੁਹਾਨੂੰ ਪੂਰੀ ਗੱਡ ਕੇ ਟੱਕਰ ਦੇ ਸਕਦੀ ਹੈ ਆਉਣ ਵਾਲੀਆਂ ਚੋਣਾਂ 'ਚ? ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਹੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੈ ਜੀ, ਉਹਦੀ ਹੀ ਟੱਕਰ ਹੋਏਗੀ ਜੀ, ਠੀਕ ਹੈ ਨਾ। ਤੇ ਬਾਕੀ ਇਹ ਹੈ ਵੀ ਦੇਖੋ ਸਾਡੇ ਤਾਂ ਹੁਣ ਮੇਰੇ ਖਿਆਲ ਨਾਲ 90 ਸੀਟਾਂ ਦੇ ਕਰੀਬ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਨਾਊਂਸ ਵੀ ਕਰਤੀਆਂ ਜੀ, ਠੀਕ ਹੈ ਨਾ। ਉਹ ਉਹਦੇ 'ਚ ਅਸੀਂ ਪਹਿਲ ਕਦਮੀ ਕੀਤੀ ਹੈ ਸਾਡੀ ਪਾਰਟੀ ਨੇ, ਤੇ ਕੋਈ ਇੱਕਾ ਦੁੱਕਾ ਜਗ੍ਹਾ ਤੇ ਲੈ ਕੇ ਕਿਤੇ ਰੌਲਾ ਵੀ ਨਹੀਂ ਪਿਆ, ਸਾਰਾ ਬੜੀ ਪਾਰਟੀ ਦੇ ਵਿੱਚ ਰਹਿ ਕੇ ਸਾਰਾ ਕੁਛ ਵਧੀਆ ਸ਼ਾਂਤ ਮਾਹੌਲ ਦੇ ਵਿੱਚ ਸਾਜਗਰ ਮਾਹੌਲ ਦੇ ਵਿੱਚ ਇਹ ਸਾਰਾ ਸੰਭਵ ਹੋਇਆ ਜੀ। ਤੇ ਤੁਸੀਂ ਦੇਖਿਓ ਰਿਜ਼ਲਟ ਬੜੇ ਵਧੀਆ ਆਉਣਗੇ, ਤੇ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਬਣਾਏਗਾ ਪੰਜਾਬ ਦੀ ਜੀ। ਤੇ ਮੰਨ ਲਓ ਵੀ ਪਹਿਲਾਂ ਵੀ ਤੁਹਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਤੁਸੀਂ ਜੁੜੇ ਹੋਏ ਸੀ ਇਸ ਤੋਂ ਪਹਿਲਾਂ, ਉਦੋਂ ਕੁਛ ਕੁ ਮਤਭੇਦ ਹੋਏ ਜਿੱਦਾਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ, ਤੇ ਹੁਣ ਤੁਹਾਨੂੰ ਲੱਗਦਾ ਕਿ ਹੁਣ ਤੁਹਾਨੂੰ ਨਹੀਂ ਅੱਖੋਂ ਪਰੋਖੇ ਕੀਤਾ ਜਾਏਗਾ ਇਸ ਵਾਰ? ਦੇਖੋ ਜਿਹੜਾ ਮਿਹਨਤੀ ਇਨਸਾਨ ਹੁੰਦਾ ਉਹਨੂੰ ਅੱਖੋਂ ਪਰੋਖੇ ਕਰਨਾ ਜੀ ਕੋਈ ਮੇਰੇ ਖਿਆਲ ਨਾਲ ਬੜਾ ਔਖਾ ਹੁੰਦਾ ਜੀ। ਜੇ ਅਸੀਂ ਕੰਮ ਕਰਾਂਗੇ, ਫੀਲਡ ਦੇ ਵਿੱਚ ਜਾਵਾਂਗੇ, ਲੋਕਾਂ ਦੇ ਨਾਲ ਪਿਆਰ ਬਣਾਵਾਂਗੇ, ਤਾਂ ਪਾਰਟੀਆਂ ਇਗਨੋਰ ਨਹੀਂ ਕਰਿਆ ਕਰਦੀਆਂ, ਪਾਰਟੀਆਂ ਉਹਨੂੰ ਮਾਣ ਸਤਿਕਾਰ ਜ਼ਰੂਰ ਦਿੰਦੀਆਂ ਹੁੰਦੀਆਂ। ਬਿਲਕੁਲ, ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ, ਬਿਕਰਮ ਸਿੰਘ ਮਜੀਠੀਆ, ਉਹਨਾਂ ਦੀ ਤਾਂ ਇਹ ਦਰਿਆ ਦਿਲੀ ਹੈ ਵੀ ਉਹ ਕੰਮ ਕਰਨ ਵਾਲੇ ਦੀ ਪਿੱਠ ਥਾਪੜਦੇ ਆ ਹਮੇਸ਼ਾ ਜੀ, ਤੇ ਉਸੇ ਤਰ੍ਹਾਂ ਉਹਨਾਂ ਨੇ ਫਿਰ ਮੇਰੀ ਪਿੱਠ ਥਾਪੜੀ ਤੇ ਮੈਨੂੰ ਘਰ ਵਾਪਸੀ ਲਈ ਤੇ ਉਹਨਾਂ ਨੇ ਪ੍ਰੇਰਿਆ। ਤੇ ਅਕਾਲੀ ਦਲ ਹੈ ਜਿਹੜੀ, ਮੰਨ ਲਓ ਵੀ ਇਸ ਪਾਰਟੀ ਦੇ ਉੱਤੇ ਇਹਨਾਂ ਪਿਛਲੇ ਸਮੇਂ ਤੋਂ ਦੋਸ਼ ਲੱਗਦੇ ਆ ਰਹੇ ਨੇ, ਬਹੁਤ ਗੰਭੀਰ ਦੋਸ਼, ਚਲੋ ਆਪਾਂ ਇੱਕਾ ਦੁੱਕਾ ਦੋਸ਼ਾਂ ਦੀ ਨਹੀਂ ਗੱਲ ਕਰਦੇ, ਕਾਫੀ ਭਾਰੀ ਉਹਦੇ ਵਿੱਚ ਗਿਣਤੀ ਦੇ ਵਿੱਚ ਦੋਸ਼ ਲੱਗੇ, ਨਸ਼ੇ ਦਾ ਵੀ ਲੱਗਿਆ ਕਿ ਪਾਰਟੀ ਵੱਲੋਂ ਨਸ਼ਾ ਜਿਹੜਾ ਉਹ ਬਕਾਇਆ ਜਾਂਦਾ ਪੰਜਾਬ ਦੇ ਨੌਜਵਾਨਾਂ ਨੂੰ ਖਰਾਬ ਕਰਨ ਵਾਸਤੇ, ਪੰਜਾਬ ਨੂੰ ਖਰਾਬ ਕਰਨ ਵਾਸਤੇ। ਉਸ ਤੋਂ ਬਾਅਦ ਬੇਅਦਬੀ ਕਾਂਡ ਦੇ ਵਿੱਚ ਵੀ ਪਾਰਟੀ ਦੀ ਸ਼ਮੂਲੀਅਤ ਦੱਸੀ ਗਈ ਆ ਕਿ ਇਸੇ ਪਾਰਟੀ ਵੱਲੋਂ ਇਹ ਸਭ ਕੁਝ ਕਰਾਇਆ ਗਿਆ ਸੀ। ਉਸ ਤੋਂ ਪਹਿਲਾਂ ਡੇਰੇ ਸੱਚੇ ਸੌਦੇ ਦੇ ਨਾਲ ਵੀ ਪਾਰਟੀ ਦੇ ਸਿੱਧੇ ਸੰਬੰਧਾਂ ਦੀ ਗੱਲ ਕੀਤੀ ਜਾਂਦੀ ਸੀ, ਇਹ ਇਹ ਚੀਜ਼ਾਂ ਦੇ ਵਿੱਚ ਕਿੰਨੀ ਕੁ ਆ, ਕਿਉਂਕਿ ਵਿਰੋਧੀ ਪਾਰਟੀਆਂ ਦਾ ਸਵਾਲ ਚੁੱਕਣਗੀਆਂ ਹੀ ਚੁੱਕਣਗੀਆਂ। ਬਿਲਕੁਲ, ਤੁਸੀਂ ਦੱਸੋ ਕਿ ਪਾਰਟੀ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਇਹ ਕਿੰਨੀਆਂ ਕੁ ਮਾਇਨੇ? ਦੇਖੋ, ਸਭ ਤੋਂ ਪਹਿਲੀ ਗੱਲ ਤੁਸੀਂ ਨਸ਼ੇ ਦੀ ਕਰੀ ਹੈ ਜੀ। ਨਸ਼ੇ ਨੂੰ ਗੁਟਕਾ ਸਾਹਿਬ ਦੀਆਂ ਸੌਹਾਂ ਖਾਣ ਵਾਲੇ ਜੀ ਦੀ ਕਾਰਗੁਜ਼ਾਰੀ ਤੁਸੀਂ ਦੇਖੋ, ਬਿਲਕੁਲ ਪਿਛਲਾ ਰਿਕਾਰਡ ਕੱਢ ਲਿਓ ਜੀ, ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਸੀਗੇ ਜੀ, ਤਾਂ ਤੁਸੀਂ ਇਹ ਦੇਖਿਓ ਵੀ ਨਸ਼ੇ ਨੂੰ ਕਿੰਨੀ ਠੱਲ ਪਾਈ, ਕਿੰਨੀ FIR ਦਰਜ ਹੋਈਆਂ ਜੀ, ਕਿੰਨੇ ਬੰਦੇ ਫੜ ਕੇ ਅੰਦਰ ਦਿੱਤੇ ਜੀ। ਫਿਰ ਇਹਨਾਂ ਨੇ 5 ਸਾਲ ਦੇ ਵਿੱਚ ਕੀਤਾ ਕੀ ਹੈ, ਜੇ ਸ਼੍ਰੋਮਣੀ ਅਕਾਲੀ ਦਲ ਕਿਤੇ ਦਾਗੀ ਸੀਗਾ ਜੀ, ਕੋਈ ਲੀਡਰ ਦਾਗੀ ਸੀਗਾ ਜੀ, ਤਾਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦਿੰਦੇ। ਇਹ ਸਿਰਫ ਇੱਕ ਪ੍ਰੋਪੋਗੰਡਾ। ਦੂਜੀ ਰਹੀ ਗੱਲ ਬੇਅਦਬੀ ਵਾਲੀ, ਬੇਅਦਬੀ ਦੀ, ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਸਰਦਾਰ ਸੁਖਵੀਰ ਸਿੰਘ ਬਾਦਲ ਸਵੇਰੇ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਰਦਾਸ ਕਰਕੇ ਫਿਰ ਅੱਗੇ ਆਪਣੀ ਦਿਨ ਚਰਿਆ ਸ਼ੁਰੂ ਕਰਦੇ ਹਾਂ ਜੀ। ਦਿੱਲੀ ਜੇਕਰ ਕੋਠੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਦੀ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਬਾਦਲ ਪਿੰਡ ਪ੍ਰਕਾਸ਼ ਹੈ ਜੀ। ਸੋ ਇੱਦਾਂ ਹੀ ਸਾਹਿਬ ਬਿਕਰਮ ਸਿੰਘ ਮਜੀਠਾ, ਉਹ ਮੇਰੇ ਖਿਆਲ ਨਾਲ 24 ਘੰਟੇ 'ਚੋਂ 8-10 ਘੰਟੇ ਪਾਠ ਕਰਦੇ ਹੋਣ ਜੀ, ਠੀਕ ਹੈ ਨਾ। ਜਿਹੜਾ ਗੁਰੂ ਨੂੰ ਮੰਨਣ ਵਾਲਾ ਇਨਸਾਨ ਹੈ, ਜਿਹੜਾ ਗੁਰੂ ਨੂੰ ਅਰਦਾਸ ਕਰਕੇ ਤੁਰ ਰਿਹਾ, ਉਹ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦਾ ਜੀ। ਬਲਵੀਰ ਸਿੰਘ ਸਿੱਧੂ ਦੇ ਨਾਲ ਤੁਹਾਡੀ ਕੀ ਆਪਸੀ ਖਿੰਮੇਬਾਜ਼ੀ ਹੈ? ਦੇਖੋ, ਮੁੱਦਿਆਂ ਦੀ ਲੜਾਈ ਹੈ ਜੀ, ਤੇ ਦੂਜੀ ਇਹ ਵੀ ਸਾਡਾ ਹਲਕਾ ਹੈ ਜੀ। ਸਭ ਬਲਵੀਰ ਸਿੰਘ ਸਿੱਧੂ ਇੱਥੇ 1997 ਤੋਂ ਲਗਾਤਾਰ ਚੋਣ ਲੜ ਰਹੇ ਜੀ। 1997 'ਚ ਪਹਿਲੀ ਦਫਾ ਚੋਣ ਲੜੀ ਸੀਗੀ ਜੀ, ਆ 2017 'ਚ 5ਵੀਂ ਦਫਾ ਚੋਣ ਲੜੀ, 5ਵੀਂ ਦਫਾ, 3 ਵਾਰੀ ਵਿਧਾਇਕ ਬਣੇ ਜੀ। ਬਹੁਤ ਆਸਾਂ ਉਮੀਦਾਂ ਬਿਲਕੁਲ ਇਸ ਹਲਕੇ ਦੇ ਲੋਕਾਂ ਨੂੰ ਸੀਗੀਆਂ ਜੀ, ਵੀ ਘਰ ਘਰ ਚੱਲੀ ਗੱਲ, ਬਲਵੀਰ ਸਿੰਘ ਸਿੱਧੂ ਕਰੂਗਾ ਮਸਲੇ ਹੱਲ। ਉਸ ਟਾਈਮ ਇਹਨੇ ਸਲੋਗਨ ਦਿੱਤਾ ਸੀ। ਅੱਛਾ ਜੀ, ਇਹ ਚੰਨੀ ਸਾਹਿਬ ਦਾ ਸਲੋਗਨ ਉਹਨ ਉਸ ਟਾਈਮ ਇਹਨਾਂ ਨੇ ਦਿੱਤਾ ਸੀ, ਆਜ਼ਾਦ ਕੀਤਾ ਜੀ। ਤੇ ਪਰ ਹੋਇਆ ਕੀ ਜੀ, ਡਿਵੈਲਪਮੈਂਟ ਜੀ ਬਿਲਕੁਲ ਨਾ ਮਾਤਰ ਜੀ, ਹਲਕੇ ਦੇ ਵਿੱਚ
ਨੌਕਰੀਆਂ ਜਿਹੜੀ ਨੌਜਵਾਨਾਂ ਨੂੰ ਆਸ ਮੀ ਸੀਗੀ ਉਹ ਨਿਲ ਜੀ। ਸਿਰਫ ਇੱਕ ਸੀਗਾ ਵੀ ਆਪਣਾ ਪਰਿਵਾਰ ਭਾਵੇਂ ਰਾਜਨੀਤੀ ਖੇਤਰ 'ਚ ਭਰਾ ਨੂੰ ਮੇਅਰ ਬਣਾ ਲਿਆ ਜੀ, ਬੇਟੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾ ਲਿਆ ਜੀ, ਆਪ ਮੰਤਰੀ ਬਣ ਗਏ ਜੀ, ਠੀਕ ਹੈ ਨਾ। ਸਿਰਫ ਇਹ, ਉਹ ਤੋਂ ਇਲਾਵਾ ਜੇ ਕੋਈ ਵਪਾਰਕ ਕੰਮ ਵੀ ਕੀਤਾ ਉਹ ਆਪਣੇ ਪਰਿਵਾਰ ਵਾਸਤੇ ਕੀਤਾ, ਹਲਕੇ ਦੇ ਲਈ ਕੀ ਕੀਤਾ ਕੁਛ ਨਹੀਂ ਜੀ। ਸੋ ਇਸ ਕਾਰਨ ਇਹ ਸੀ ਵੀ ਫਿਰ ਬਹੁਤ ਵੱਡੀ ਪੱਧਰ 'ਤੇ ਇੱਥੇ ਭੂ ਮਾਫੀ ਆਇਆ ਜੀ। ਬਿਲਕੁਲ, ਪਿਛਲੇ 4 ਸਾਲ 11 ਮਹੀਨੇ ਦਾ ਰਿਕਾਰਡ ਹੈ ਜੀ। ਤੁਸੀਂ ਕਿਸੇ ਪਿੰਡ 'ਚ ਚਲੇ ਜਾਓ ਜਿਹੜੇ ਜਿਹੜੀ ਪ੍ਰਾਈਮ ਲੋਕੇਸ਼ਨ ਹੈ ਜੀ, ਉਸ ਪਿੰਡ ਦੀ ਇੱਕ ਵੀ ਏਕੜ ਜ਼ਮੀਨ ਨਹੀਂ ਬਚੀ ਹੋਣੀ ਜਿਹੜੀ ਇਹਨਾਂ ਨੇ ਜਾਂ ਲੀਜ਼ ਕਰਤੀ ਜੀ, ਜਾਂ ਟ੍ਰਾਂਸਫਰ ਕਰਤੀ ਜੀ, ਜਾਂ ਤਬਾਦਲੇ ਕਰਾਤੇ ਜੀ, ਠੀਕ ਹੈ ਨਾ। 4-4 ਕਰੋੜ ਦੇ ਏਕੜ ਦਾ ਜਿਹੜਾ ਰੇਟ ਹੈ 5-5 ਕਰੋੜ ਦਾ, ਉੱਥੇ ਗਊਸ਼ਾਲਾ ਖੋਲੀਆਂ ਜਾ ਰਹੀਆਂ ਜੀ, ਇਹੀ 50 ਲੱਖ ਨੂੰ ਏਕੜ ਲੈ ਕੇ ਪਿੱਛੇ 10 ਏਕੜ 'ਚ ਖੋਲ ਦਿੰਦੇ ਜੀ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਇਹ ਮੇਰੀ ਕੋਈ ਪਰਿਵਾਰਕ ਜਾਂ ਕੋਈ ਮੇਰੀ ਜ਼ਮੀਨ ਜਾਇਦਾਦ ਦਾ ਰੌਲਾ ਨਹੀਂ ਜੀ। ਸਾਡਾ ਇਹ ਹੈ ਵੀ ਜਿਹੜਾ ਕੰਮ ਗਲਤ ਕਰੇਗਾ ਜੀ ਉਹਦੇ ਖਿਲਾਫ ਬਿਲਕੁਲ ਆਵਾਜ਼ ਚੱਕਣੀ, ਸਾਡਾ ਅਖਲਾਕੀ ਤੌਰ 'ਤੇ ਫਰਜ਼ ਹੈ, ਅਸੀਂ ਚੱਕਾਂਗੇ। ਪਰ ਕੋਈ ਉਹ ਨਹੀਂ ਹੈਗਾ ਵੀ ਜਾਂ ਕੋਈ ਸਾਡਾ ਕੋਈ ਕੋਈ ਨਿੱਜੀ ਦੁਸ਼ਮਣੀ ਜੀ, ਹਾਂ ਮੁੱਦਿਆਂ ਨੂੰ ਲੈ ਕੇ। ਹਾਂ ਜਿਹੜਾ ਚੰਗਾ ਕੰਮ ਕਰਨਗੇ ਅਸੀਂ ਐਪਰੀਸ਼ੀਏਟ ਵੀ ਕਰਾਂਗੇ ਉਹਨਾਂ ਨੂੰ, ਕਰਾਂਗੇ ਵੀ ਹਾਂ ਵਧੀਆ ਕੰਮ ਕੀਤਾ, ਜਿਹੜੇ ਕਰ ਰਹੇ ਹਾਂ ਮੈਂ ਐਪਰੀਸ਼ੀਏਟ ਵੀ ਕਰਦਾ ਰਹਿੰਦਾ ਉਸ ਗੱਲ 'ਤੇ ਵੀ ਹਾਂ ਜੇ ਕੋਈ ਚੱਜ ਦਾ ਕੰਮ ਕਰਨਗੇ ਅਸੀਂ ਉਹਨਾਂ ਨੂੰ ਕਹਾਂਗੇ ਵਧੀਆ ਕੰਮ ਹੋਇਆ। ਸੋ ਇਹ ਸਨ ਪਰਮਿੰਦਰ ਸਿੰਘ ਸੋਹਾਣਾ, ਜਿਨ੍ਹਾਂ ਨੇ ਆਪਣੀ ਰਾਜਨੀਤੀ ਦੇ ਨਾਲ ਆਪਣੇ ਸਿਆਸਤ ਦੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿਹੜੀ ਸਹੀ ਪਾਰਟੀ ਹੈ ਜੋ ਲੋਕਾਂ ਦੇ ਹੱਕਾਂ ਦੇ ਲਈ ਖੜ੍ਹਦੀ ਆ, ਸਿਰਫ ਉਸੇ ਪਾਰਟੀ ਨੂੰ ਚੁਣੋ, ਉਸ ਤੋਂ ਇਲਾਵਾ ਜਿਹੜੀਆਂ ਫਰੋਡ ਪਾਰਟੀਆਂ ਨੇ ਐਲਾਨ ਕਰਕੇ ਰੱਖ ਦਿੰਦੀਆਂ, ਮੁੜ ਕੇ ਕੋਈ ਗੱਲ ਹੁੰਦੀ ਨਹੀਂ, ਪੂਰੇ ਕੋਈ ਐਲਾਨ ਪੂਰ ਨਹੀਂ ਚੜ੍ਹਦਾ, ਉਹਨਾਂ ਪਾਰਟੀਆਂ ਨੂੰ ਤੁਸੀਂ ਪਰੇ ਰੱਖੋ। ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦੇਣ ਦੇ ਲਈ। ਕੈਮਰਾਮੈਨ ਜੇ ਦੇ ਨਾਲ ਮਹਿੰਦਰ ਚਹਿਲ, ਦਾ ਸਟੋਰੀ ਟੀਵੀ।